ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਲੋਨੀ ਸਰੀਨ ਵੱਲੋਂ ਸਤਿ ਸ਼੍ਰੀ ਅਕਾਲ। ਆਓ ਜੀ, ਅੱਜ ਫਿਰ ਤੋਂ ਤੁਹਾਡੇ ਫੇਵਰੇਟ ਸ਼ੋਅ ਗੱਲਾਂ ਵਿਦ ਗੁਲਾਬੋ ਦੇ ਵਿੱਚ ਰਲ ਕੇ ਕਰਾਂਗੇ ਜੀ ਗੱਲਾਂ। ਪਰ ਅੱਜ ਗੱਲਾਂ ਨਹੀਂ ਕਰਨੀਆਂ, ਅੱਜ ਆਪਾਂ ਕੀ ਕਰਨਾ, ਅੰਤਾਕਸ਼ਰੀ ਖੇਡਣੀ ਆ। ਹੁਣ ਐਂ ਨਾ ਪੁੱਛ ਲਿਓ ਵੀ ਕਿੱਦਾਂ ਖੇਡਣੀ ਆ, ਸਾਰਿਆਂ ਨੂੰ ਪਤਾ ਅੰਤਾਕਸ਼ਰੀ ਕਿੱਦਾਂ ਖੇਡੀ ਦੀ ਆ। ਚਲੋ ਅੱਜ ਸ਼ੋਅ ਦਾ ਨਾਂ ਬਦਲ ਦਿੰਦੇ ਹਾਂ, ਅੰਤਾਕਸ਼ਰੀ ਵਿਦ ਗੁਲਾਬੋ, ਹੁਣ ਠੀਕ ਆ। ਅੱਛਾ, ਘਰਾਂ 'ਚ ਤੁਸੀਂ ਬਾਹਲੀ ਵਾਰ ਵੇਖੀ ਹੋਣੀ ਆ ਵੀ ਤੁਸੀਂ ਚੀਟਿੰਗ ਕਰਦੇ ਹੋ, ਰੋਂਦੀ ਪਾਉਂਦੇ ਹੋ, ਫਿਰ ਜਾ ਕੇ ਅੰਤਾਕਸ਼ਰੀ ਖੇਡਦੇ ਹੋ। ਅੱਜ ਗੁਲਾਬੋ ਦੇ ਨਾਲ ਅੰਤਾਕਸ਼ਰੀ ਖੇਡਣੀ ਹੈ ਅਤੇ ਨੋ ਚੀਟਿੰਗ। ਫੋਨ ਚੱਕੋ, ਕਾਲ ਕਰਨੀ ਹੈ ਜੀ 3472521232 ਅਤੇ ਰਲ ਕੇ ਖੇਡਾਂਗੇ ਜੀ ਅੰਤਾਕਸ਼ਰੀ। ਪਰ ਯਾਦ ਰੱਖਣਾ ਹੈ ਕਿ ਭਲਾ ਵੀ ਜਿਹੜੇ ਕਾਲਰ ਨੇ ਫੋਨ ਕਰਕੇ ਮੈਨੂੰ ਜੋ ਗਾਣਾ ਸੁਣਾਇਆ, ਉਹਨੇ ਜਿਹੜੇ ਅਕਸ਼ਰ 'ਤੇ ਐਂਡ ਕਰਨਾ ਨਾ, ਦੂਜੇ ਅਕਸ਼ਰ ਤੋਂ ਉਹਨੂੰ ਸਟਾਰਟ ਕਰਨਾ ਪੈਣਾ ਅਗਲੇ ਕਾਲਰ ਨੂੰ। ਜੇ ਦੋ ਗਾਣੇ ਸੁਣਾਉਣੇ, ਦੋ ਸੁਣਾ ਦਿਓ, ਕੋਈ ਗੱਲ ਨਹੀਂ ਜੀ, ਗੁਲਾਬੋ ਵਿਹਲੀ ਹੈ ਜੀ, ਠੀਕ ਹੈ ਜੀ। ਚੇਤਾ ਰੱਖਣਾ, ਆਰ ਤੋਂ ਖਤਮ ਕੀਤਾ, ਜੇ ਰ ਤਾਂ ਖਤਮ ਕੀਤਾ ਤਾਂ ਦੂਜੇ ਕਾਲਰ ਨੇ ਰ ਤੋਂ ਹੀ ਸ਼ੁਰੂ ਕਰਨਾ, ਠੀਕ ਹੈ। ਫਟਾਫਟ ਕਾਲ ਕਰੋ। ਹੁਣ ਗਾਣਾ ਮੈਂ ਸੁਣਾਵਾਂ ਪਹਿਲਾਂ, ਠੀਕ ਹੈ ਜੀ। ਪਹਿਲਾਂ ਗਾਣਾ ਹੈ ਜੀ, ਗੱਲਾਂ ਗੋਰੀਆਂ ਅਤੇ ਵਿੱਚ ਟੋਏ, ਅਸੀਂ ਮਰ ਗਏ ਨਹੀਂ ਓਏ ਹੋਏ, ਠੀਕ ਹੈ, ਓਏ ਹੋਏ, ਠੀਕ ਹੈ। ਕਾਲ ਕਰਕੇ ਮੈਨੂੰ ਦੱਸਿਓ ਕਿ ਓਏ ਹੋਏ ਅਤੇ ਐਂਡ ਹੋਇਆ ਤਾਂ ਹੁਣ ਕਿੱਥੋਂ ਸ਼ੁਰੂ ਕਰੋਗੇ ਤੁਸੀਂ। ਅੱਛਾ, ਕਈ ਵਾਰ ਮੈਂ ਵੇਖਿਆ ਵੀ ਜਦੋਂ ਪੰਜਾਬ 'ਚ ਨਾ ਸਾਨੂੰ ਕੋਈ ਗੇਮ ਨਹੀਂ ਲੱਭਦੀ, ਜਦੋਂ ਆਪਾਂ ਵਿਹਲੇ ਹੋ ਜਾਈਦਾ ਆ, ਅਤੇ ਸਭ ਤੋਂ ਪਹਿਲਾਂ ਦਿਮਾਗ 'ਚ ਆਉਂਦਾ ਚੱਲ ਯਾਰ ਅੰਤਾਕਸ਼ਰੀ ਖੇਡ ਲਈਏ, ਅਤੇ ਬਾਹਰ ਤਾਂ ਤੁਹਾਨੂੰ ਟਾਈਮ ਹੀ ਨਹੀਂ ਮਿਲਦਾ ਹੋਣਾ, ਇਸੇ ਕਰਕੇ ਗੁਲਾਬੋ ਨੇ ਕਿਹਾ ਵੀ ਅੰਤਾਕਸ਼ਰੀ ਖੇਡੀਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਤੇਜਿੰਦਰ ਸਿੰਘ ਜੀ। ਤੇਜਿੰਦਰ ਸਿੰਘ ਜੀ, ਮਾੜਾ ਜਿਹਾ ਉੱਚੀ ਬੋਲੋ। ਮੈਂ ਤੇਜਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ, ਪਤਾ ਹੈ ਜੀ, ਕਿੱਥੋਂ ਬੋਲਦੇ? ਮੈਂ ਅਮਰੀਕਾ ਤੋਂ ਜੀ। ਅਮਰੀਕਾ ਤੋਂ? ਟਾਈਮ ਮਿਲਦਾ ਅੰਤਾਕਸ਼ਰੀ ਖੇਡਣ ਦਾ ਉੱਥੇ? ਹਾਂ ਬਿਲਕੁਲ ਮਿਲ ਜਾਂਦਾ ਹੈ ਜੀ। ਹਾਂਜੀ, ਬਿਲਕੁਲ ਮਿਲ ਜਾਂਦਾ ਜੀ ਟਾਈਮ, ਅੱਜ ਤੁਹਾਡੇ ਨਾਲ ਖੇਡਾਂਗੇ। ਮਿਲ ਜਾਂਦਾ? ਚਲੋ ਜੀ, ਮੈਨੂੰ ਗਾਣਾ ਸੁਣਾਓ ਫਿਰ। ਓਏ ਹੋਏ ਨੀ ਕੁੜੀਆਂ ਸ਼ਹਿਰ ਦੀਆਂ, ਓਏ ਹੋਏ ਨੀ ਕੁੜੀਆਂ ਸ਼ਹਿਰ ਦੀਆਂ, ਇਸ ਪਿਆਰ ਮੇ ਹੈ ਬਾਬਾ ਨਖਰੇ ਬੜੇ। ਨਿਊਯਾਰਕ ਤੋਂ? ਤੇ ਨਿਊਯਾਰਕ ਚ ਬੈਠੇ ਬੈਠੇ ਅੱਜ ਇੱਥੇ ਅੰਤਾਕਸ਼ਰੀ ਖੇਡ ਲਿਆ ਆਪਾਂ? ਹਾਂਜੀ, ਅੰਤਾਕਸ਼ਰੀ ਖੇਡ ਰਹੇ ਸੀਗੇ ਆਪਾਂ। ਮੈਂ ਖੇਡਣਾ ਨਹੀਂ, ਮੈਂ ਤਾਂ ਕਾਲ ਲਾਈ ਹੈ, ਤੂੰ ਮੈਨੂੰ ਬੜੀ ਪਿਆਰੀ ਲੱਗਣੀ ਹੈ। ਥੈਂਕ ਯੂ ਸੋ ਮਚ ਜੀ। ਹਾਂ, ਤੇਰੇ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ, ਥੈਂਕ ਯੂ। ਤਾਂ ਤੈਨੂੰ ਕਾਲ ਲਾਈ ਸੀ, ਮੈਂ ਚੱਲ ਗੱਲ ਕਰ ਲੈਨੀ ਆ। ਅੱਛਾ ਜੀ, ਮੈਂ ਕਿਸੇ ਦਿਨ ਵੇਲੇ ਹੋ ਕੇ ਨਾ ਅਮਰੀਕਾ ਆ ਕੇ, ਹੈ ਨਿਊਯਾਰਕ, ਰਾਤੀ ਵੀ ਮੈਂ ਲਾਂਦੀ ਸੀ ਫੋਨ, ਤੇ ਰਾਤੀ ਲੱਗੀ ਨਹੀਂ ਸੀ ਕਾਲ ਮੇਰੀ। ਓਹੋ, ਅੱਛਾ ਅੱਛਾ, ਰਾਤੀ ਫੌਜੀ ਬਣ ਕੇ ਆਇਆ ਸੋ ਨਾ। ਹਾਂਜੀ ਕਿਸੇ ਦਿਨ ਵੇਲੇ ਹੋ ਗਏ, ਆਓ ਪੰਜਾਬ ਨੂੰ ਗੱਲਾਂ ਮਾਰੀਏ। ਕਿੱਥੇ ਆਵਾਂ? ਅੱਛਾ, ਹੈ ਪੰਜਾਬ ਚ, ਚੰਡੀਗੜ੍ਹ ਆ ਜਾਓ। ਕਈ ਵਾਰੀ ਨਹੀਂ ਲੱਗਦੀ, ਵੈਸੇ ਆਪਾਂ ਆਪਣੇ ਕਾਲਜ ਨੂੰ ਬਾਲਾ ਪਿਆਰ ਕਰੀਦਾ, ਕਾਲ ਜੋੜ ਹੀ ਲਈਦੀ ਆਪੇ ਹੀ, ਠੀਕ ਹੈ। ਜੇ ਤਿਆਰ ਹੋਵੇ ਤਾਂ ਫਿਰ ਆਪੇ ਜੁੜ ਜਾਂਦੀ ਹੈ। ਆਹ, ਕੀ ਬਾਤਾਂ ਨੇ ਜੀ, ਆਓ ਪੰਜਾਬ ਨੂੰ ਫਿਰ ਮਿਲਦੇ ਆ। ਆ ਚਲ ਮਿਲਾਂਗੇ, ਠੀਕ ਹੈ ਜੀ। ਅਗਲੇ ਕਾਲ ਨਾਲ ਅੰਤਾਕਸ਼ਰੀ ਖੇਡਦੇ ਆ ਜੀ। ਹੈਲੋ, ਹਾਂਜੀ, ਓਕੇ ਓਕੇ ਜੀ, ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਨੇ? ਵਧੀਆ, ਓਕੇ। ਅੰਤਾਕਸ਼ਰੀ ਖੇਡਣੀ ਅੱਜ ਤੁਸੀਂ? ਨਹੀਂ, ਮੈਂ ਵੈਸੇ ਹੀ ਫੋਨ ਕੀਤਾ, ਮੈਂ ਕਿਹਾ ਚਲੋ ਗੱਲ ਕਰਕੇ ਦੇਖਣੀ, ਵੈਸੇ ਨੰਬਰ ਲਾਈਏ ਲੱਗਦਾ ਭਲਾ।
ਨੰਬਰ ਲੱਗ ਜਾਂਦਾ ਸਾਰਾ, ਤੁਸੀਂ ਰੋਜ਼ ਕਾਲ ਕਰਕੇ ਨਾ ਨੰਬਰ ਮਿਲਾ ਲਿਆ ਕਰੋ। ਓਕੇ, ਮੈਂ ਵੇਟ ਕਰ ਰਹੀ ਸੀ, ਮੈਂ ਕਿਹਾ ਸ਼ਾਇਦ ਨਾ ਲੱਗੇ ਨੰਬਰ ਕਿਸੇ ਚੈਨਲ ਤੇ, ਜਲਦੀ ਨਹੀਂ ਨਾ ਲੱਗਦਾ, ਬਹੁਤ ਵੇਟ ਕਰਨੀ ਪੈਂਦੀ। ਪਤਾ ਕੀ ਹੁੰਦਾ, ਹੋਰ ਵੀ ਕਾਲਰਸ ਹੁੰਦੇ ਨੇ ਨਾ, ਹੁਣ ਗੁਲਾਬੂ ਨੂੰ ਸਾਰੇ ਪਿਆਰ ਹੀ ਇੰਨਾ ਕਰਦੇ ਨੇ, ਕੀ ਕਰੀਏ। ਹਾਂ ਨਹੀਂ, ਵਧੀਆ ਗੱਲ ਹੈ ਹੁਣ। ਹਾਂਜੀ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਸਾਰੇ ਕਾਲਰਸ, ਮੈਕਸਿਮਮ ਕਾਲਰਸ ਅਟੈਂਡ ਕਰੀਏ। ਹਾਂਜੀ ਹਾਂਜੀ, ਵੇਖ ਲਓ ਅੱਜ ਦਾ ਕੀ ਪ੍ਰੋਗਰਾਮ ਤੁਹਾਡਾ ਚੱਲਦਾ ਵਾ ਟੌਪਿਕ। ਅੱਜ ਨਾ ਆਪਾਂ ਸੋਚਿਆ ਵੀ ਬਾਹਰ ਬੈਠੇ ਤਾਂ ਤੁਹਾਨੂੰ ਟਾਈਮ ਨਹੀਂ ਮਿਲਦਾ ਉਹਨਾਂ ਨੂੰ ਅੰਤਾਕਸ਼ਰੀ ਖੇਡਣ ਦਾ, ਹਨਾ, ਆਪਾਂ ਪੰਜਾਬ ਚ ਨਾ ਵਿਹਲੇ ਬਹਿ ਕੇ ਅੰਤਾਕਸ਼ਰੀ ਖੇਡੀ ਜਾਈਦੀ ਆ। ਓਕੇ, ਤੇ ਮੈਂ ਸੋਚਿਆ ਟੀਵੀ ਚ ਅੱਜ ਸਾਰੇ ਕਾਲਰਸ ਦਾ ਅੰਤਾਕਸ਼ਰੀ ਖੇਡ ਲੈਣੀ ਆ। ਓਕੇ ਠੀਕ ਹੈ, ਚਲੋ ਕੋਈ ਗੱਲ ਨਹੀਂ, ਤੁਸੀਂ ਏਦਾਂ ਕਰੋ, ਤੁਸੀਂ ਮੈਨੂੰ ਪਿਆਰ ਇਹਨਾਂ ਕਰ ਦਿਓ, ਮੈਨੂੰ ਫੋਨ ਤਾਂ ਲਾਇਆ ਨਾ, ਏਦਾਂ ਕਰੋ ਤੁਸੀਂ ਹੁਣ ਵੇਖੋ ਵੀ ਮੈਂ ਅਗਲੇ ਕਾਲਰ ਨਾਲ ਅੰਤਾਕਸ਼ਰੀ ਕਿੱਦਾਂ ਖੇਡਦੀ ਆ। ਠੀਕ ਹੈ? ਹਾਂਜੀ ਹਾਂਜੀ, ਓਕੇ, ਥੈਂਕ ਯੂ ਮੈਮ। ਓਕੇ ਜੀ, ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਕੱਲ ਤਾਂ ਛਾਏ ਪਏ ਹੋ, ਕਦੇ ਤੁਸੀਂ ਮਾਡਲ ਬਣ ਕੇ ਆ ਜਾਂਦੇ ਹੋ, ਕਦੇ ਮਾਨ ਨਹੀਂ ਕੀਤਾ ਮੈਂ। ਹਾਂਜੀ ਹਨਾ, ਹਾਂਜੀ ਏਦਾਂ ਹੀ ਆ, ਬਾਬੇ ਦੀ ਫੁੱਲ ਕਿਰਪਾ। ਹਾਂਜੀ ਹਾਂਜੀ। ਅੱਛਾ ਮੈਨੂੰ ਦੱਸੋ, ਸਾਰੇ ਕਾਲਰਸ ਨੂੰ ਨਾ ਆਪਣਾ ਨਾਂ ਦੱਸ ਦਿਆ ਕਰੋ, ਆਪਣੀ ਨਾ TRP ਵਧਾਇਆ ਕਰੋ, ਫੇਮਸ ਹੋ ਜਾਓਗੇ। ਗੁਰਚਰਨ ਹੈ? ਗੁਰਚਰਨ ਕਿੱਥੋਂ ਬੋਲਦੇ? ਅਸੀਂ ਨਾਰਥ ਕੈਰੋਲਾਈਨਾ ਤੋਂ, ਗੁਰਚਰਨ ਕੌਰ। ਹਾਂ ਏਦਾਂ, ਫਿਰ ਸਾਰਿਆਂ ਨੂੰ ਪਤਾ ਲੱਗ ਜਾਊਗਾ ਨਾ ਵੀ ਇਹ ਰੈਗੂਲਰ ਕਾਲਰ ਨੇ ਸਾਡੇ, ਹਨਾ। ਲੈ ਮੈਂ ਤਾਂ ਰੋਜ਼ ਕਾਲ ਕਰਦੀ ਹਾਂ। ਤਾਂ ਹੀ ਤਾਂ ਕਹਿ ਰਹੀ ਹਾਂ ਵੀ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਨਾ ਫਿਰ। ਹਾਂਜੀ, ਹੋਰ ਸੁਣਾਓ, ਸਹੀ ਹੋ, ਕਾਇਮ ਹੋ? ਹਾਂਜੀ ਹਾਂਜੀ। ਅੱਛਾ, ਅੰਤਾਕਸ਼ਰੀ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨਹੀਂ ਜਾਣਾ ਸਹੁਰੇ, ਲੈ ਜਾ ਖਾਲੀ ਗੱਡੀ ਮੋੜ ਕੇ। ਖਾਲੀ ਗੱਡੀ ਮੋੜ ਕੇ ਲੈ ਜਾ? ਹਾਂਜੀ, ਇਹ ਤਾਂ ਗਲਤ ਗੱਲ ਹੈ ਵੈਸੇ, ਆਇਆ ਤੇ ਚਲੋ ਲੱਡੂ ਵਾਲਾ ਡੱਬਾ ਹੀ ਫੜਾ ਦੋ ਅਗਲੇ ਨੂੰ, ਨਹੀਂ ਜਾਣਾ ਤੇ ਅਗਲੇ ਕੋਈ ਸਮਾਨ ਲੈ ਜਾਦੇ ਅਗਲਾ ਬੰਦਾ ਹੈ, ਦੱਸੋ। ਨਹੀਂ ਨਹੀਂ, ਫਿਰ ਉਹ ਪਤਾ ਕੀ ਕਹਿੰਦੇ, ਉਹ ਕਹਿੰਦੇ ਸੌਣ ਦਾ ਮਹੀਨਾ ਗਿੱਦੇ ਕਲਰਾਂ ਚ ਪੈਣ ਨੀ, ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀ। ਹੁਣ ਜੱਟ ਲੈਣ ਆਇਆ ਤੈਨੂੰ ਤੇ ਤੈਨੂੰ ਨਾਲ ਜਾਣਾ ਚਾਹੀਦਾ ਨਾ, ਦੱਸੋ। ਕਮਾਲ ਕਰਦੀ ਹੈ ਕੁੜੀ, ਜਾਂਦੀ ਨੀ ਬਈ। ਠੀਕ ਹੈ, ਤੁਸੀਂ ਐਂਡ ਕਿੱਥੋਂ ਕੀਤਾ? ਜੱਟ ਆਇਆ ਤੈਨੂੰ ਲੈਣ ਨੀ ਲਈ। ਠੀਕ ਹੈ, ਅਗਲੇ ਕਾਲਰ ਨੂੰ ਪੁੱਛਦੇ, ਇੱਥੋਂ ਸ਼ੁਰੂ ਕਰਨਾ ਪੈਣਾ ਗਾਣਾ ਉਹਨਾਂ ਨੂੰ। ਠੀਕ ਹੈ, ਠੀਕ ਹੈ ਜੀ, ਹੈਲੋ ਹੈਲੋ। ਲੋ ਜੀ, ਟੀਵੀ ਦੀ ਆਵਾਜ਼ ਨਹੀਂ ਘੱਟ ਕੀਤੀ ਤਾਂ ਗੁਲਾਬੋ ਨੇ ਗੁੱਸਾ ਕਰ ਜਾਣਾ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਲਾਬੋ ਜੀ, ਕੀ ਹਾਲ ਆ? ਬਸ ਤੁਹਾਡੇ ਸਾਹਮਣੇ ਆ, ਵੇਖ ਲਓ ਕਿੰਨੀ ਵਧੀਆ। ਹਾਂ ਬਹੁਤ ਸੋਹਣੀ, ਮੈਨੂੰ ਲੱਗਦਾ ਵੀ ਛੇਤੀ ਅਸਤੀਫਾ ਦੇ ਆਈ ਉਹਨੂੰ। ਕਿੱਦਾਂ ਛੇਤੀ ਛੱਡਤੀ ਹੈ? ਨਹੀਂ ਨਹੀਂ, ਅਸਤੀਫਾ ਦੇ ਨਹੀਂ ਦਿੱਤਾ ਹਲੇ, ਛੁੱਟੀਆਂ ਪਈਆਂ ਹੋਈਆਂ ਨਾ। ਰਾਤੀ ਇੰਨੀਆਂ ਫੁੱਲੀਆਂ ਪਾਈਆਂ ਸੀ ਵੀ ਸਾਰੇ ਭਰਤੀ ਹੋ ਜਾ, ਤੇ ਤੂੰ ਅੱਜ ਇੱਕ ਦਿਨ ਹੀ ਮਸਾਂ ਜੌਬ ਕੀਤੀ। ਨਹੀਂ ਨਹੀਂ, ਛੁੱਟੀਆਂ ਪਈਆਂ ਹੋਈਆਂ, ਉਹਨਾਂ ਨੇ ਡਿਊਟੀ ਦਾ ਟਾਈਮ ਹਲੇ ਲੇਟ ਕਰਤਾ। ਅੱਛਾ, ਤੇਰੀਆਂ ਪਿੱਪਲ ਪੱਤੀਆਂ ਬਹੁਤ ਸੋਹਣੀਆਂ ਮੈਨੂੰ ਲੱਗਣ ਡੀਆਂ। ਸੱਚੀ? ਹਾਂ, ਬੜੀ ਕਿਊਟ ਲੱਗ ਰਹੀਆਂ। ਮੈਂ ਬਚਪਨ ਤੋਂ ਹੀ ਕਿਊਟ ਸੀ। ਹਾਂ ਹੈ, ਤੂੰ ਹੁਣ ਕਿਹੜਾ ਮਾੜੀ ਲੱਗਦੀ ਹੈ। ਮੈਨੂੰ ਪਤਾ ਤੁਸੀਂ ਵੀ ਬਹੁਤ ਸੋਹਣੇ ਹੋ। ਹਾਏ ਮੈਂ ਮਰ ਜਾ, ਕੋਈ ਨਹੀਂ, ਫਿਰ ਮੈਂ ਤੈਨੂੰ ਫੋਟੋ ਸੈਂਡ ਕਰੂੰਗੀ। ਚੰਗਾ, ਪੱਕਾ। ਮੇਲ ਆਈਡੀ, ਸਾਡੀ ਮੇਲ ਆਈਡੀ ਹੈ ਨਾ ਜਿਹੜੀ ਨੀਚੇ ਸਕਰੋਲ ਹੋ ਰਹੀ ਹੋ ਨੀ ਸਕਰੀਨ ਤੇ, ਉੱਥੇ ਆਪਣੀ ਫੋਟੋ ਤੁਸੀਂ ਸੈਂਡ ਕਰਨੀ ਆ। ਕੋਈ ਨਹੀਂ, ਜਦੋਂ ਮੇਰਾ ਬਰਥਡੇ ਹੋਊਗਾ ਉਦੋਂ ਕਰੂੰਗੀ। ਚੰਗਾ, ਪੱਕਾ, ਕਿਸੇ ਦਿਨ ਆਪਾਂ ਅਸੀਂ ਸਾਰੇ ਮਿਲ ਕੇ ਨਾ ਤੁਹਾਡਾ ਬਰਥਡੇ ਮਨਾਵਾਂਗੇ, ਪ੍ਰੋਮਿਸ। ਚੰਗਾ ਚੰਗਾ, ਠੀਕ ਹੈ, ਕੋਈ ਨਹੀਂ, ਮੇਰੇ ਮੈਂਬਰ ਵੀ ਵਿੱਚ ਆ ਜਾਣਗੇ ਤੁਹਾਡੇ ਇੱਥੇ ਚੰਡੀਗੜ੍ਹ। ਚੰਗਾ, ਠੀਕ ਹੈ, ਪੱਕਾ ਪੱਕਾ ਪੱਕਾ। ਚਲੋ ਅੰਤਾਕਸ਼ਰੀ ਖੇਡ ਲਾ ਮੈਂ ਕਾਲਰ ਦੇ ਨਾਲ, ਠੀਕ ਹੈ? ਚਲ ਖੇਡ ਲਾ ਮੇਰੀ ਧੀ। ਹਾਂ ਠੀਕ ਹੈ ਜੀ, ਥੈਂਕ ਯੂ ਜੀ। ਹੈਲੋ 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 ਹੈਲੋ, ਆ ਵੇਖ ਲਓ, ਗਾਣਾ ਚੇਤਾ ਭੁੱਲ ਗਿਆ ਹੋਣਾ ਤਾਂ ਫੋਨ ਕੱਟ ਗਏ। ਕੀ ਗੱਲ? ਗੱਲ ਆਪਾਂ ਮੰਗਾਈ ਸੀਗੀ ਕਿੱਥੋਂ? ਰ ਤੋਂ ਮੰਗਾਈ ਸੀਗੀ। ਚਲੋ ਕੋਈ ਗੱਲ ਨਹੀਂ ਜੀ, ਇੱਕ ਤੁਹਾਨੂੰ ਐਕਸਕਲੂਜਨ ਦੇ ਦਿੰਦੇ ਹਾਂ, ਤੁਸੀਂ ਇੱਦਾਂ ਕਰੋ ਕਿਤੋਂ ਵੀ ਸ਼ੁਰੂ ਕਰ ਦਿਓ ਗਾਣਾ, ਮੈਨੂੰ ਤਾਂ ਆਪ ਭੁੱਲ ਗਿਆ ਕਿੱਥੋਂ ਖਤਮ ਕੀਤਾ ਸੀ। ਹੈਲੋ ਹੈਲੋ, ਕੀ ਗੱਲ ਹੋ ਗਈ? ਗਾਣਾ ਨਹੀਂ ਨਾ ਚੇਤਾ ਆਉਂਦਾ ਪਿਆ, ਸੰਗ ਕਾਹਦੀ ਲੱਗਦੀ ਪਈ ਆ। ਹੈਲੋ, ਇੰਨਾ ਪਿਆਰਾ ਗਾਣਾ ਸੁਣਾਇਆ ਅਗਲਿਆਂ ਨੇ,
ਤੁਸੀਂ ਬੇਇੱਜ਼ਤੀ ਕਰਾ ਕੇ ਰੱਖਤੀ ਆ, ਨਹੀਂ ਗਾਉਣਾ ਬੋਲੋ, ਗਾਣਾ ਗਾ ਲਓ ਕੋਈ। ਚਲੋ ਮੈਂ ਗਾ ਦਿੰਦੀ ਹਾਂ ਜੀ। ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਗੱਲਾਂ ਤੋਂ ਫਿਰਦਾ ਨੀ ਨਾ ਤੋਂ। ਹੈਲੋ ਹੈਲੋ ਗੁਲਾਬੋ, ਸਤਿ ਸ਼੍ਰੀ ਅਕਾਲ, ਹਾਊ ਯੂ ਡੂਇੰਗ? ਮੈਂ ਵਧੀਆ, ਤੁਸੀਂ ਸੁਣਾਓ? ਆਮ ਗ੍ਰੇਟ, ਕਾਲਿੰਗ ਯੂ ਫਰਮ ਨਿਊ ਜਰਸੀ। ਓ ਰੀਲੀ? ਕਿੱਦਾਂ, ਮੈਨੂੰ ਵੀ ਅੰਗਰੇਜ਼ੀ ਆਉਂਦੀ ਹੈ ਕਿੱਦਾਂ, ਜਿੱਦਾਂ ਮੈਂ ਵੀ ਕੂਲ ਆ। ਦੈਟਸ ਕੂਲ। ਮਾਈ ਮਮ ਵਾਂਟਸ ਟੂ ਸਿੰਗ ਅ ਸੌਂਗ ਫॉर ਯੂ। ਓਕੇ, ਦੈਟਸ ਰੀਲੀ ਗ੍ਰੇਟ, ਗੋ ਅਹੈਡ। ਹਾਂਜੀ ਗੁਲਾਬੋ, ਕਿੱਦਾਂ ਮਿਲਾ ਰਹੇ ਨੇ ਨਾ ਮੰਮੀ ਤੁਹਾਡੀ ਨੂੰ ਗੁਲਾਬੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਆ ਮੈਨੂੰ ਦੱਸੋ ਅੰਗਰੇਜ਼ ਕੌਣ ਸੀ? ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਹਾਏ, ਸੱਟ ਤਾਂ ਨਹੀਂ ਲੱਗੀ ਤੁਰਨਾ ਪਿਆ ਤੁਹਾਨੂੰ? ਟੀਵੀ ਦੀ ਆਵਾਜ਼ ਘੱਟ ਕਰੋ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ। ਟੀਵੀ ਦੀ ਆਵਾਜ਼ ਮਾੜੀ ਘੱਟ ਕਰ ਲਓ। ਘੱਟ ਕਰ ਲਈ ਹੈ। ਪਹਿਲਾਂ ਮੈਨੂੰ ਦੱਸੋ ਅੰਗਰੇਜ਼ ਕੌਣ ਸੀਗਾ? ਅੰਗਰੇਜ਼ ਨਹੀਂ, ਮੇਰਾ ਪੁੱਤਰ। ਹਾਏ ਆਂਟੀ, ਬਹੁਤ ਸੋਹਣਾ ਬੋਲਦੇ ਨੇ। ਅੱਛਾ, ਸੱਚੀ ਗੱਲ ਆ? ਕਿੱਦਾਂ, ਜਿੱਦਾਂ ਕੂਲ ਆ, ਹੈ ਨਾ? ਸੱਜੀ ਦੀ ਕੀ ਪੰਜਾਬੀ ਗੱਲ ਸੁਣ ਲਓ ਤੁਸੀਂ, ਮੇਰਾ ਟੀਵੀ ਦੱਸ ਦਿਓ। ਆਪਣੇ ਪੁੱਤਰ ਦੀ ਵੀ ਭੇਜ ਦਿਓ, ਠੀਕ ਹੈ? ਪੁੱਤਰ ਤਾਂ ਨਹੀਂ ਗੱਲ ਕਰੋ, ਠੀਕ ਹੈ ਜੀ? ਅਗਲੇ ਕਾਲਰ ਨੂੰ ਪੁੱਛਦੇ ਆ ਜੀ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਨੂੰ ਹੋਰ ਕੀ ਲੱਭਣਾ ਪੈਗਾ, ਜੇ ਨਹੀਂ ਮਿਲਣਾ ਤਾਂ ਲੱਭਣਾ ਹੀ ਪੈਣਾ ਜੀ। ਏਦਾਂ ਕਰਦੇ, ਤੁਹਾਡਾ ਨੰਬਰ ਨਾ ਸਾਡੇ ਕੋਲ ਆ ਗਿਆ ਨਾ, ਅਸੀਂ ਆਪੇ ਤੁਹਾਨੂੰ ਫੋਨ ਲਾ ਲਿਆ ਕਰਨਾ। ਠੀਕ ਹੈ, ਥੈਂਕ ਯੂ, ਆਪੇ ਲਾ ਲਿਆ ਕੋਈ ਤੇ ਬਹੁਤ ਵਧੀਆ ਹੈ ਨਾ। ਐਕਚੁਅਲੀ ਨਾ ਕਾਲਰਸ ਬਹੁਤ ਜ਼ਿਆਦਾ ਹੁੰਦੇ ਨੇ, ਸਾਡੇ ਕੋਲ ਟਾਈਮ ਘੱਟ ਹੁੰਦਾ, ਤੇ ਕਿੰਨੇ ਕੁ ਕਾਲਸ ਅਟੈਂਡ ਕਰ ਲੈ ਇਕੱਲੇ ਗੁਲਾਬੋ, ਹੁਣ ਦੱਸੋ। ਅੱਜ ਵੀ ਤਾਂ ਵੇ ਲੈ ਕੇ ਤੁਸੀਂ ਹੈਲੋ ਲੋ ਕਦਰ ਕੋਈ ਬੋਲਦਾ ਤਾਂ ਨਹੀਂ, ਮੈਂ ਕਿਹਾ ਫਟਾਫਟ ਮਿਲਾ ਦੋ, ਮਿਲ ਗਿਆ। ਵੇਖ ਲਓ, ਕਹਿੰਦੇ ਨਾ ਕਿਸੇ ਵੀ ਚੀਜ਼ ਨੂੰ ਤੁਸੀਂ ਦਿਲ ਤੋਂ ਚਾਹੋ ਨਾ ਤੇ ਕਿਤੇ ਨਾ ਕਿਤੇ ਜਾ ਕੇ ਉਹ ਗੱਲ ਬਣੀ ਜਾਂਦੀ ਆ। ਹਾਂ ਜੀ, ਉਹ ਤਾਂ ਫਿਰ ਧੱਕੇ ਮੁੱਕੇ ਖਾ ਕੇ ਗੱਲ ਬਣੀ ਜਾਂਦੀ ਹੈ। ਪੰਜਾਬੀ ਹੋਰ ਕਰਦੇ ਕੀ ਆ, ਕਿਤੇ ਨਾ ਕਿਤੇ ਜੁਗਾੜ ਲਾ ਹੀ ਲੈਂਦੇ ਨੇ। ਓਹ, ਜੁਗਾੜ ਤੇ ਲਗਾਣਾ, ਮੇਰਾ ਪੰਜਾਬੀ ਮਸ਼ਹੂਰ ਨੇ ਇਸ ਕੰਮ ਨੂੰ। ਠੀਕ ਹੈ ਜੀ, ਇਦਾਂ ਕਰਦੇ ਆ, ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਹੋਲਡ ਤੇ ਰਹਿਓ, ਮੈਂ ਇੱਕ ਬ੍ਰੇਕ ਲੈ ਕੇ ਆਉਂਦੀ ਹਾਂ, ਠੀਕ ਹੈ? ਠੀਕ ਹੈ ਜੀ, ਲੈਣੇ ਜੀ ਇੱਕ ਨਿੱਕਾ ਜਿਹਾ ਪਹਿਲਾਂ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਬ੍ਰੇਕ ਤੋਂ ਪਹਿਲਾਂ ਆਪਾਂ ਅੰਤਾਕਸ਼ਰੀ ਖੇਡਲੇ ਸੀਗੇ ਤੇ ਹੁਣ ਫਿਰ ਵੀ ਅੰਤਾਕਸ਼ਰੀ ਖੇਡਣੀ ਹੈ, ਸਾਡੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਵਧੀਆ ਵਧੀਆ, ਤੁਸੀਂ ਸੁਣਾਓ, ਕੌਣ ਬੋਲਦੇ? ਮੈਂ ਇੰਦੂ ਬੋਲਦੀ, ਕੈਲੀਫੋਰਨੀਆ ਤੋਂ। ਅਰੇ ਵਾਹ, ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਹਾਂਜੀ, ਹੋਰ ਕਿੱਦਾਂ, ਠੀਕ ਠਾਕ? ਵਧੀਆ ਜੀ, ਅੱਜ ਮੈਂ ਸਾਰਿਆਂ ਨੂੰ ਅੰਤਾਕਸ਼ਰੀ ਖਿਡਾ ਰਹੀ ਹਾਂ। ਹਾਂਜੀ, ਨਹੀਂ ਮੈਂ ਤਾਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਨੀ ਆ ਜੀ। ਮੈਂ ਤੁਹਾਨੂੰ ਪੁੱਛਣਾ, ਜਿਹੜਾ ਵੌਇਸ ਆਫ ਪੰਜਾਬ ਦੇ ਵਿੱਚ ਅੱਜ ਨੰਦ ਸੀ, ਮੈਂ ਉਹ ਉਹ ਜਾਂ ਸਚਨ ਦਾ ਜਾਂ ਮੈਂ ਰੋਸ਼ਨ ਦਾ ਨੰਬਰ ਮਿਲ ਸਕਦਾ ਕਿਤੋਂ? ਬਿਲਕੁਲ, ਮੈਂ ਤੁਹਾਨੂੰ ਨਾ ਮੇਲ ਆਈਡੀ 'ਚ ਤੁਸੀਂ ਫੋਨ ਕਰ ਦਿਓ, ਉਹ ਮੇਲ ਆਈਡੀ 'ਚ ਮੇਲ ਕਰ ਦਿਓ, ਜਾਂ ਮੈਨੂੰ ਫੋਨ ਲਾ ਲਿਓ ਬਾਅਦ 'ਚੋਂ, ਅਤੇ ਮੈਂ ਤੁਹਾਡੇ ਨਾਲ ਗੱਲ ਕਰ ਲੂੰਗੀ, ਠੀਕ ਹੈ? ਕਦੋਂ, ਬਾਅਦ 'ਚ ਕਿਵੇਂ? ਬਾਅਦ 'ਚ ਕਿਵੇਂ, ਤੁਸੀਂ ਮੇਲ ਆਈਡੀ 'ਤੇ ਮੇਲ ਕਰਿਓ, ਮੈਂ ਤੁਹਾਨੂੰ ਰਿਪਲਾਈ ਕਰੂੰਗੀ, ਠੀਕ ਹੈ? ਓਕੇ, ਤੁਹਾਡੀ ਕੀ ਆ ਗੱਲਾਂ? ਸਕਰੋਲ, ਹਾਂਜੀ ਹਾਂਜੀ, ਸਕਰੋਲ ਹੋ ਰਹੀ ਹੈ ਨਾ ਥੱਲੇ ਸਕਰੀਨ ਤੇ? ਹਾਂਜੀ, ਉਹ ਤੇ ਤੁਸੀਂ ਜੋ ਵੀ ਕੁਐਰੀਜ਼ ਨੇ, ਜੋ ਵੀ ਕੁਐਸਚਨਸ ਨੇ, ਜੋ ਵੀ ਤੁਹਾਨੂੰ ਪੁੱਛਣਾ ਨਾ, ਤੁਸੀਂ ਇਹ ਤੇ ਨਾ ਮੇਲ ਕਰ ਦਿਓ, ਮੈਂ ਤੁਹਾਨੂੰ ਰਿਪਲਾਈ ਬੈਕ ਕਰੂੰਗੀ, ਹੈਨਾ? ਸ਼ੋਅ ਤੋਂ ਬਾਅਦ ਮੇਕਅਪ ਲਾ ਕੇ ਵਿਹਲੀ ਹੋ ਕੇ? ਨਹੀਂ, ਮੇਕਅਪ ਤਾਂ ਨਾ ਲਾਇਓ ਤੁਸੀਂ, ਇਦਾਂ ਬਹੁਤ ਸੋਹਣੇ ਲੱਗਦੇ ਆ। ਮੇਕਅਪ ਲਾ ਕੇ ਮੇਰੇ ਮੂੰਹ ਡਰਾਵਣਾ ਲੱਗੂਗਾ?
ਇਧਰ ਉਧਰ ਦੀਆਂ ਗੱਲਾਂ ਕਰਕੇ ਤੁਸੀਂ, ਤੁਹਾਨੂੰ ਮੈਨੂੰ ਪਤਾ ਤੁਹਾਨੂੰ ਗਾਲਾ ਨੀ ਆਂਦਾ, ਤਾਂ ਕਰਕੇ ਏਦਾਂ ਦੀ ਗੱਲਾਂ ਕਰ ਰਹੇ ਹੋ ਨਾ ਵੀ ਅੰਤਾਕਸ਼ੀ ਨਾ ਹੀ ਖੇਡਣੀ ਪਏ। ਨਹੀਂ ਐਕਚੁਅਲੀ ਨਾ ਮੈਂ ਅੱਜ ਜਿਹੜਾ ਤੁਸੀਂ ਅਰੁਣ ਆਨੰਦ ਮੁੰਡੇ ਨੇ ਉਹ ਗਾਇਆ ਸੀ, ਹਾਂਜੀ ਹਾਂਜੀ, ਬਹੁਤ ਮੋਸ਼ਨ ਕਰਦਾ ਸਾਰਿਆਂ ਨੂੰ ਉਸ ਟਾਈਮ, ਮੈਂ ਉਹਦੇ ਵਾਸਤੇ ਬਹੁਤ ਬਰੀ ਆ। ਜਮ ਰੀਲੀ ਸੌਰੀ ਫॉर ਹਿਮ। ਓ ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਮੈਂ ਆਈ ਕੁਡ ਅੰਡਰਸਟੈਂਡ। ਮੈਂ ਇਦਾਂ ਕਰੂੰਗੀ, ਤੁਸੀਂ ਮੇਲ ਕਰ ਦਿਓ ਜੋ ਵੀ ਹੋਊਗਾ ਨਾ, ਮੈਂ ਤੁਹਾਨੂੰ ਰਿਪਲਾਈ ਕਰੂੰਗੀ, ਫਿਰ ਵਿਹਲੇ ਬਹਿ ਕੇ ਗੱਲਾਂ ਕਰਾਂਗੇ। ਪਰ ਅੱਜ ਅੱਜ ਅੰਤਾਕਸ਼ਰੀ ਖੇਡੋ ਮੇਰੇ ਨਾਲ। ਹਾਂਜੀ ਦੱਸੋ ਕਿਹੜਾ ਕੀ ਐਂਡ ਕਿਹੜਾ ਗਾਣਾ ਗਾਓ। ਹਮ ਤੁਮ ਸੇ ਅਰੁਣ ਨਹੀਂ ਆਉਂਦਾ ਮੈਨੂੰ ਲੱਗ ਗਿਆ ਪਤਾ। ਕੋਈ ਗੱਲ ਨਹੀਂ ਜੀ, ਅਗਲੇ ਕਾਲਰ ਨੂੰ ਪੁੱਛ। ਹਮ ਤੁਮ ਸੇ ਜੁਦਾ ਹੋ ਕੇ ਮਰ ਜਾਏਂਗੇ ਰੋ ਰੋ ਕੇ। ਹਾਂ ਤੁਸੀਂ ਸੁਣਾਇਆ ਥੋੜੀ, ਤੁਸੀਂ ਤਾਂ ਗਾਣਾ ਬੋਲਿਆ ਆ। ਨਹੀਂ ਵਧੀਆ, ਮਰ ਜਾਏਂਗੇ ਰੋ ਰੋ ਕੇ, ਅਗਲੇ ਨੂੰ ਪੁੱਛਦੇ ਆ ਕਦੋਂ ਤੋਂ। ਠੀਕ ਹੈ, ਅਗਲੇ ਕਾਲਰ ਨਾਲ ਗੱਲ ਕਰਦੇ। ਓਕੇ ਜੀ, ਹੈਲੋ 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 ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਜੀ ਹਰਪਲਨ ਬੋਲਦੀ ਹਾਂ ਟੈਕਸਸ ਤੋਂ। ਓਕੇ ਸਰ, ਮਾੜਾ ਜਿਹਾ ਉੱਚੀ ਬੋਲੂੰਗੇ? ਹਾਂਜੀ ਹਾਂਜੀ। ਮੈਨੂੰ ਤਾਂ ਤੁਸੀਂ ਬਹੁਤ ਸੋਹਣੇ, ਬਹੁਤ ਸੋਹਣੇ ਲੱਗਦੇ। ਮੈਂ ਪਹਿਲੀ ਵਾਰੀ ਫੋਨ ਲਾ ਕੇ ਦੇਖਿਆ ਤੁਹਾਨੂੰ। ਥੈਂਕ ਯੂ ਸੋ ਮਚ। ਮੈਂ ਬਾਈ ਸਾਹਿਬ ਪੰਜਾਬ ਤੇ ਤੁਹਾਨੂੰ ਜਿਹੜੀ ਦਵਾਈ ਮਿਲਦੀ ਸੀ ਉਹ ਬਹੁਤ ਚੰਗੀ ਲੱਗਦੀ। ਥੈਂਕ ਯੂ ਸੋ ਮਚ ਜੀ, ਤੁਸੀਂ ਸਾਡੇ ਸ਼ੋਜ਼ ਨੂੰ ਇੰਨਾ ਪਿਆਰ ਕਰਦੇ ਹੋ, ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਵੇਖਦੇ ਹੋ, ਥੈਂਕ ਯੂ ਸੋ ਮਚ ਜੀ। ਹੁਣ ਆਹ ਸ਼ੋਅ ਵੀ ਅਸੀਂ ਤੁਹਾਡੇ ਵਾਸਤੇ ਇਸੇ ਕਰਕੇ ਲੈ ਕੇ ਆਏ ਹਾਂ ਕਿ ਤੁਸੀਂ ਸਾਡੇ ਸ਼ੋਅ ਨੂੰ ਪਿਆਰ ਕਰੋ, ਸਾਡੇ ਜਿਹੜੇ ਨਵੇਂ ਟੌਪਿਕਸ ਨੇ ਉਹਨਾਂ ਨੂੰ ਡਿਸਕਸ ਕਰੀਦਾ ਆ, ਰੋਜ਼ ਆਪਾਂ ਨਵਾਂ ਟੌਪਿਕ ਲੈ ਕੇ ਆਈਦਾ ਆ, ਤੇ ਤੁਸੀਂ ਰੋਜ਼ ਫੋਨ ਕਰਨਾ ਆ। ਜ਼ਰੂਰ, ਥੈਂਕ ਯੂ, ਪ੍ਰੋਮਿਸ। ਥੈਂਕ ਯੂ, ਆਈ ਪ੍ਰੋਮਿਸ। ਥੈਂਕ ਯੂ ਜੀ। ਆਪਾਂ ਨਾ ਅੰਤਾਕਸ਼ਰੀ ਖੇਡ ਰਹੇ ਸੀਗੇ, ਇਹ ਖੇਡਣੀ ਇਹਨਾਂ ਨੇ, ਕੋਈ ਗੱਲ ਨਹੀਂ ਅਗਲੇ ਕਾਲਰ ਨੂੰ ਪੁੱਛ ਲੈਂਦੇ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। Hi cutie, how are you? I'm fine, how are you? Me good. Okay, let's play Antakshri then. What's your name? Ki naa thoda? Narinder. Kitho bolde? New York to. New York to bolde, New York to Antakshri khedra time ta milda nahi hona. Kaddi leida. Kaddi leida na, aaj vi fir gulabo na Antakshri khedni paini haan. ਓਕੇ, ਬਟ ਮੈਨੂੰ ਤਾਂ ਪਤਾ ਲੱਗਾ ਸੀ ਗੁਲਾਬੋ ਫੌਜ 'ਚ ਭਰਤੀ ਹੋ ਗਈ। ਉਹ ਗੁਲਾਬੋ ਨੂੰ ਛੁੱਟੀਆਂ ਪਈਆਂ, ਫੋਨ ਆ ਗਿਆ ਕਹਿੰਦੇ ਇੱਦਾਂ ਕਰੋ ਤੁਸੀਂ ਉਨੀ ਦੇਰ ਕਾਲਰਸ ਨਾਲ ਗੱਲ ਕਰੋ, ਇੱਥੇ ਬੰਦੂਕਾਂ ਆਪਾਂ ਚਲਾ ਲਾਂਗੇ। ਨਹੀਂ ਮੈਨੂੰ ਲੱਗਦਾ ਗੁਲਾਬੋ ਡਰ ਕੇ ਆ ਗਈ। ਐਗਜੈਕਟਲੀ ਇੱਦਾਂ ਹੀ ਹੋਇਆ, ਮੈਨੂੰ ਬੜਾ ਡਰ ਲੱਗਦਾ, ਹਾਲੇ ਮੈਂ ਨਵੀਂ ਨਵੀਂ ਆ ਨਾ ਤੇ ਮੈਨੂੰ ਡਰ ਜਿਹਾ ਲੱਗਦਾ, ਉਹ ਜਦੋਂ ਗੋਲੇ ਜੇ ਪੈਂਦੇ ਆ ਬਹੁਤ ਡਰ ਲੱਗਦਾ। ਮੈਨੂੰ ਪਤਾ ਆ, ਆਪਾਂ ਉੱਥੇ ਵੀ ਰਿਕਾਰਡਿੰਗਸ ਕਰਕੇ ਆਏ ਆ ਸਾਰੀਆਂ। ਸੱਚੀ? ਅੱਛਾ ਹੁਣ ਤੀਆਂ ਤੇ ਤੁਸੀਂ ਗਾਣਾ ਗਾਇਆ ਹੋਣਾ ਪੱਕਾ? ਬਿਲਕੁਲ ਗਾਇਆ। ਉਹ ਸੁਣਾਓ। ਚੱਲ ਠੀਕ ਹੈ ਸੁਣੋ, ਫਿਰ ਤਾਂ ਗੀਤ ਹੈ ਮਰਨੋੜੀ ਦਾ, ਹੈਨਾ? ਹਾਂਜੀ। ਸਾਉਣ ਦਾ ਮਹੀਨਾ ਪੇਕਿਆਂ ਦਾ ਪਿੰਡ, ਸਾਉਣ ਦਾ ਮਹੀਨਾ ਪੇਕਿਆਂ ਦਾ ਪਿੰਡ, ਜਿੱਥੇ ਤੀਆਂ ਵਾਲਾ ਨੀ ਤਿਉਹਾਰ, ਤੀਆਂ ਵਾਲਾ ਨੀ ਤਿਉਹਾਰ, ਗਿੱਧੇ ਵਿੱਚ ਮੈਂ ਨੱਚਦੀ, ਮੇਰੇ ਖੇਤਾਂ ਵਿੱਚ ਨੱਚਦੀ ਬਹਾਰ, ਗਿੱਧੇ ਵਿੱਚ ਮੈਂ ਨੱਚਦੀ। ਅਰੇ ਵਾਹ, ਗਿੱਧੇ ਵਿੱਚ ਤੂੰ ਨੱਚਦੀ? ਮੈਂ ਨੱਚਦੀ? ਤੁਸੀਂ ਮੈਨੂੰ ਕਹਿਤਾ ਮੈਂ ਨੱਚਦੀ, ਮੈਂ ਤੁਹਾਨੂੰ ਕਹਿਤਾ ਹੈਗਾ ਵੀ ਗਿੱਧੇ ਵਿੱਚ ਤੁਸੀਂ ਨੱਚਦੇ। ਹਾਂ ਅੱਗੇ ਸੁਣ ਫਿਰ। ਬਿਲਕੁਲ। ਮਸ ਮਾਹੀ ਨੇ ਮਹੀਨੇ ਲਈ ਪੇਕੇ ਕੱਲਿਆ, ਮਸ ਸੱਸ ਜੰਦਰੀ ਦਾ ਨੀ ਮੈਂ ਯੂਲ ਵੱਡਿਆ, ਮਸ ਮਾਹੀ ਨੇ ਮਹੀਨੇ ਲਈ ਪੇਕੇ ਕੱਲਿਆ, ਮਸ ਸੱਸ ਜੰਦਰੀ ਦਾ ਨੀ ਮੈਂ ਯੂਲ ਵੱਡਿਆ, ਬਾਵਲੇ ਦਾ ਘਰ ਨਾ ਏ ਸਹੁਰਿਆਂ ਦਾ ਡਰ, ਬਾਵਲੇ ਦਾ ਘਰ ਨਾ ਏ ਸਹੁਰਿਆਂ ਦਾ ਡਰ, ਤਾਈਓ ਕੁੜੀਆਂ ਚ ਹੋਈ ਸਰਦਾਰ, ਕੁੜੀਆਂ ਚ ਹੋਈ ਸਰਦਾਰ, ਗਿੱਧੇ ਵਿੱਚ ਮੈਂ ਨੱਚਦੀ, ਮੇਰੇ ਖੇਤਾਂ ਵਿੱਚ ਨੱਚਦੀ ਬਹਾਰ, ਗਿੱਧੇ ਵਿੱਚ ਮੈਂ ਨੱਚਦੀ। ਲੱਗਾ ਕਰਨ ਟੱਬਰ ਜਦ ਹਿੰਡ ਕੁੜੀਓ, ਨੀ ਮੈਂ ਨੱਚ ਬੈਠੀ ਸਹੁਰਿਆਂ ਦੇ ਪਿੰਡ ਕੁੜੀਓ, ਲੱਗਾ ਕਰਨ ਟੱਬਰ ਜਦ ਹਿੰਡ ਕੁੜੀਓ, ਮੈਂ ਨੱਚ ਬੈਠੀ ਸਾਰੇ ਹੰਦ ਪਿੰਡ ਕੁੜੀਓ, ਗਿੱਧੇ ਵਿੱਚ ਨੱਚਦੀ ਨੂੰ ਜੇਠ ਦੀ ਨਜ਼ਰ ਲੱਗੀ,
ਗਿੱਧੇ ਵਿੱਚ ਨੱਚਦੀ ਨੂੰ ਜੇਠ ਦੀ ਨਜ਼ਰ ਲੱਗੀ, ਪੰਜ ਤੱਕ ਚੜਿਆ ਬੁਖਾਰ, ਪੰਜ ਤੱਕ ਚੜਿਆ ਬੁਖਾਰ, ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ, ਗਿੱਧੇ ਵਿੱਚ ਮੈਂ ਨੱਚਦੀ। ਕਿਆ ਬਾਤ ਆ ਰਹੀ ਜੀ, ਕਿਆ ਬਾਤ ਆ ਰਹੀ, ਸਾਡੀ ਪੂਰੀ ਟੀਮ ਜਿਹੜੀ ਚੈਨਲ ਦੀ ਬੈਠੀ ਨਾ ਤੁਹਾਡੇ ਲਈ ਤਾਲੀਆਂ ਵਜਾ ਰਹੀ ਆ। ਥੈਂਕ ਯੂ ਸੋ ਮਚ, ਬਹੁਤ ਵਧੀਆ ਗਾਣਾ ਸੀਗਾ, ਤੁਸੀਂ ਗਾਇਆ ਵੀ ਬਹੁਤ ਵਧੀਆ। ਥੈਂਕ ਯੂ। ਤੁਹਾਨੂੰ ਬੁਖਾਰ ਚੜ ਗਿਆ? ਚੜਿਆ ਸੀ। ਹੋ ਦਵਾਈ ਖਾ ਕੇ ਆਓ, ਜੇਠ ਨੇ ਨਜ਼ਰ ਲਾਤੀ ਸੀ ਨਾ। ਨਜ਼ਰ ਲਾਤੀ, ਨਜ਼ਰ ਨਹੀਂ ਲੱਗਣੀ ਚਾਹੀਦੀ ਕਿਸੇ ਨੂੰ, ਹਨਾ? ਨਹੀਂ, ਬਿਲਕੁਲ ਨਹੀਂ ਲੱਗਣੀ ਚਾਹੀਦੀ। ਤੁਸੀਂ ਬਹੁਤ ਵਧੀਆ ਗਾਇਆ। ਹੋਰ ਕਿਸੇ ਨੇ ਗਾਣਾ ਸੁਣਾਣਾ ਜੀ, ਦੱਸ ਦਿਓ ਮੈਨੂੰ, ਨਹੀਂ ਤਾਂ ਫਿਰ ਨਾ ਕਹੀਓ ਬਗਲਾ ਪਰ ਟਾਈਮ ਨਹੀਂ ਕੱਢਿਆ ਸਾਡੀ ਅੰਤਾਕਸ਼ਰੀ ਵਾਸਤੇ। ਮੈਂ ਤਾਂ ਸਾਰਿਆਂ ਨੂੰ ਜੀ ਟਾਈਮ ਦਿੱਤਾ ਸੀਗਾ ਵੀ ਅੰਤਾਕਸ਼ਰੀ ਖੇਡ ਲਓ, ਗਾਣੇ ਗਾ ਲਓ। ਕਈਆਂ ਨੇ ਚੀਟਿੰਗ ਵੀ ਕੀਤੀ, ਵੈਸੇ ਮੈਨੂੰ ਗਾਣਾ ਨਹੀਂ ਸੁਣਾਇਆ, ਪਰ ਇਹ ਤਾਂ ਫਿਰ ਚੱਲਦਾ ਹੀ ਰਹਿੰਦਾ ਜੀ, ਘਰ ਵੀ ਤਾਂ ਬੈਠੇ ਬੈਠੇ ਰੋਂਦੀ ਪਾ ਹੀ ਲਈਦੀ ਆ। ਕੋਈ ਗੱਲ ਨਹੀਂ ਜੀ, ਮੈਂ ਕਿਸੇ ਨੂੰ ਹਰਾਇਆ ਨਹੀਂ, ਵੇਖ ਲਓ ਹੁਣ ਸਾਰੇ ਜਿਹੜੇ ਤੁਹਾਡੇ ਇਨਾਮ ਪਏ ਨੇ ਨਾ, ਆ ਕੇ ਲੈ ਜੀਓ ਪੰਜਾਬ ਨੂੰ, ਆਓਗੇ ਤਾਂ ਆਪਣੇ ਜਿਹੜੇ ਅੰਤਾਕਸ਼ਰੀ ਖੇਡ ਕੇ ਤੁਸੀਂ ਗਾਣੇ ਗਾ ਕੇ ਇਨਾਮ ਜਿੱਤੇ ਨੇ ਉਹ ਲੈ ਜਿਓ, ਠੀਕ ਹੈ ਜੀ? ਬਸ ਹੁਣ ਮੈਨੂੰ ਵੀ ਗਾਣੇ ਲੱਗਦਾ ਚੇਤੇ ਕਰਨੇ ਪੈਣੇ ਆ, ਮੈਂ ਇੰਨੇ ਗਾਣੇ ਤੁਹਾਨੂੰ ਸੁਣਾ ਦਿੱਤੇ ਆ, ਮੈਂ ਥੱਕ ਗਈ ਹਾਂ ਹੁਣ, ਠੀਕ ਹੈ ਜੀ? ਅਗਲੀ ਵਾਰ ਨਾ ਹੋਰ ਗਾਣੇ ਲੈ ਕੇ ਆਵਾਂਗੇ, ਗਾਣੇ 'ਤੇ ਨਹੀਂ, ਨਵਾਂ ਟੌਪਿਕ ਲੈ ਕੇ ਆ ਜਾਵਾਂਗੇ ਜੀ। ਪਰ ਤੁਸੀਂ ਰਲ ਕੇ ਫੋਨ ਕਰਨਾ ਹੈ, ਇਕੱਲੇ ਇਕੱਲੇ ਨੇ ਫੋਨ ਕਰਨਾ, ਰਲ ਕੇ ਨਹੀਂ ਫੋਨ ਕਰਨਾ, ਆਪਾਂ ਰਲ ਕੇ ਗਾਣੇ ਗੁਣੇ ਗਾਵਾਂਗੇ ਜੀ, ਟੌਪਿਕ 'ਤੇ ਡਿਸਕਸ਼ਨਸ ਕਰਾਂਗੇ, ਅੱਜ ਕੀ ਕਰੀਏ। ਸਤਿ ਸ਼੍ਰੀ ਅਕਾਲ।